ਕਵਿਤਾ ਵਿਰਸਾ ਅਤੇ ਸੱਭਿਆਚਾਰ। ਕਹਿੰਦੇ ਗਾਗਰਾਂ ਘੜੇ ਲੱਜ ਜਾਂ ਲਹਿੰਗੇ ਫੁਲਕਾਰੀਆਂ ਛੱਜ, ਪੁਰਾਤਨ ਸਮੇਂ ਦੀਆਂ ਲੋੜਾਂ ਤਾਂ ਹੋ ਸਕਦੀਆਂ ਪਰ ਵਿਰਸਾ ਨਹੀਂ ਹੁੰਦਾ। ਪੱਖੀਆਂ ਖੂਹ ਮਧਾਣੀਆਂ ਜਾਂ ਗੱਡੇ ਬਲਦ ਪ੍ਰਾਣੀਆਂ, ਤਕਨੀਕੀ ਕਾਢਾਂ 'ਚ ਥੋੜ੍ਹਾਂ ਤਾਂ ਹੋ ਸਕਦੀਆਂ ਪਰ ਵਿਰਸਾ ਨਹੀਂ ਹੁੰਦਾ। ਵਿਰਸਾ ਹੁੰਦਾ ਹੈ ਹੱਕਾਂ ਲਈ ਲੜਨਾ ਅਤੇ ਸੱਚ 'ਤੇ ਖੜਨਾ, ਆਰਿਆਂ ਨਾਲ ਚਿਰੇ ਜਾਣਾ ਅਤੇ ਚਰਖੜੀਆਂ 'ਤੇ ਚੜ੍ਹਨਾ, ਮਜ਼ਲੂਮਾਂ ਲਈ ਖੰਡੇ ਦੀ ਧਾਰ 'ਤੇ ਨੱਚਣਾ, ਦੇਗਾਂ 'ਚ ਉਬਲਣਾ ਜਾਂ ਰੂਈ ਵਿੱਚ ਮੱਚਣਾ, ਤੋਪਾਂ ਮੂਹਰੇ ਡਹਿਣਾ ਬੰਦ ਬੰਦ ਕਟਵਾਉਣਾ ਅਤੇ ਤੱਤੀ ਤਵੀ 'ਤੇ ਬਹਿ ਕੇ ਵੀ ਭਾਣਾ ਮਿੱਠਾ ਮਨਾਉਣਾ। ਸੋ ਗਾਗਰਾਂ ਘੜੇ ਲੱਜ ਜਾਂ ਲਹਿੰਗੇ ਫੁਲਕਾਰੀਆਂ ਛੱਜ, ਪੁਰਾਤਨ ਸਮੇਂ ਦੀਆਂ ਲੋੜਾਂ ਤਾਂ ਹੋ ਸਕਦੀਆਂ ਪਰ ਵਿਰਸਾ ਨਹੀਂ ਹੁੰਦਾ। ਗੱਡੇ ਬਲਦ ਪ੍ਰਾਣੀਆਂ ਜਾਂ ਪੱਖੀਆਂ ਖੂਹ ਮਧਾਣੀਆਂ, ਤਕਨੀਕੀ ਕਾਢਾਂ 'ਚ ਥੋੜ੍ਹਾਂ ਤਾਂ ਹੋ ਸਕਦੀਆਂ ਪਰ ਵਿਰਸਾ ਨਹੀਂ ਹੁੰਦਾ। ਅਤੇ ਸੱਭਿਆਚਾਰ, ਕੱਚਿਆਂ 'ਤੇ ਤਰਨਾ ਜਾਂ ਜੰਡ ਥੱਲੇ ਮਰਨਾ, ਖਤਰਨਾਕ ਹੱਦ ਤੱਕ ਆਸ਼ਕੀ ਤਾਂ ਹੋ ਸਕਦੀ ਹੈ ਪਰ ਸੱਭਿਆਚਾਰ ਨਹੀਂ ਹੁੰਦਾ। ਮੱਝੀਆਂ ਚਰਾਉਣਾ ਜਾਂ ਕੰਨ ਪੜਵਾਉਣਾ, ਵਿਆਹ ਨਾ ਹੋਣ ਦੀ ਬੇਆਸਗੀ ਤਾਂ ਹੋ ਸਕਦੀ ਹੈ ਪਰ ਸੱਭਿਆਚਾਰ ਨਹੀਂ ਹੁੰਦਾ। ਸੱਭਿਆਚਾਰ ਹੁੰਦਾ ਖਾਨਦਾਨੀ ਅਮੀਰੀ ਦੇ ਚੱਲਦਿਆਂ ਵੀ ਆਜ਼ਾਦੀ ਦੀ ਲਹਿਰ ਚਲਾਉਣਾ, ਫਾਂਸੀ ਦੇ ਤਖ਼ਤੇ 'ਤੇ ਖੜਕੇ ਵੀ ਰੰਗ ਦੇ ਬਸੰਤੀ ਗਾਉਣਾ, ਚੜ੍ਹਦੀ ਉਮਰੇ ਵਤਨ ਲਈ ਕਰਤਾਰ 'ਚ ਇੱਕ ਮਿੱਕ ਹੋ ਜਾਣਾ, ਪਿੱਠੂ ਮਾਪਿਆਂ ਦੇ ਹੁੰਦਿਆਂ ਵੀ ਮਾਤ ਭੂਮੀ ਲਈ ਖਲੋ ਜਾਣਾ, ਡਾਲਰਾਂ ਦੀ ਚਕਾਂ ਚੋਂਦ ਨੂੰ ਛੱਡ ਵਤਨਾਂ ਨੂੰ ਭੱਜਣਾ, ਅਤੇ 21 ਸਾਲ ਪੁਰਾਣੇ ਬਦਲੇ ਲਈ ਵੈਰੀ ਦੀ ਹੈਕ 'ਚ ਵੱਜਣਾ। ਸੋ ਕੱਚਿਆਂ 'ਤੇ ਤਰਨਾ ਜਾਂ ਜੰਡ ਥੱਲੇ ਮਰਨਾ, ਖਤਰਨਾਕ ਹੱਦ ਤੱਕ ਆਸ਼ਕੀ ਤਾਂ ਹੋ ਸਕਦੀ ਹੈ ਪਰ ਸੱਭਿਆਚਾਰ ਨਹੀਂ ਹੁੰਦਾ। ਮੱਝੀਆਂ ਚਰਾਉਣਾ ਜਾਂ ਕੰਨ ਪੜਵਾਉਣਾ, ਵਿਆਹ ਨਾ ਹੋਣ ਦੀ ਬੇਆਸਗੀ ਤਾਂ ਹੋ ਸਕਦੀ ਹੈ ਪਰ ਸੱਭਿਆਚਾਰ ਨਹੀਂ ਹੁੰਦਾ।